सत श्री अकाल जी, तुसी जुड़े हो प्रवासी टीवी दे नाल ते मैं तुहाडा दोस्त सफर। इस वेले सियासत दा नौजवान चेहरा साढ़े नाल आ जिन्हां ने सियासत दे विच अपने पैर भी जमाए ते परिवार की जिहड़ी सियासत आ उहदी कितें ना कितें भेट भी चढ़े। ਤਾਂ ਆਪਾਂ ਨਾਲ ਗੱਲਬਾਤ ਕਰਾਂਗੇ। ਮੇਰੀ ਮੁਰਾਦ ਹੈ ਸਾਡੇ ਨਾਲ ਇਸ ਵੇਲੇ ਬੱਬੀ ਬਾਦਲ ਜੀ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਸਫਰ ਜੀ, ਔਰ ਪ੍ਰਵਾਸੀ ਟੀਵੀ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਗੱਲ 'ਚ ਕਿੰਨਾ ਕੁ ਸੱਚ ਆ? ਕਹਿੰਦੇ ਵੀ ਤੁਹਾਡੇ ਨਾਮ ਦੇ ਪਿੱਛੇ ਜਿਹੜਾ ਬਾਦਲ ਲੱਗਦਾ ਉਹਨੇ ਤੁਹਾਨੂੰ ਦਿੱਤਾ ਬਹੁਤ ਘੱਟ ਆ, ਲੈ ਬਹੁਤ ਕੁਛ ਲਿਆ। ਦੇਖੋ ਮੈਂ ਤਾਂ ਇਹ ਸਮਝਦਾ ਜੀ ਕਿ ਜਿਵੇਂ ਪੰਜਾਬੀ ਦਾ ਆਪਣਾ ਖਾਨ ਹੈ ਨਾ, ਸਖਤੇ ਦਾ ਸੱਤੀ ਵੀਹ ਸੌ, ਵੀ ਜਿਹੜਾ ਤਗੜੇ ਦਾ ਇਹੀ ਹਰਸਿਮਰਤ ਨਾਲ ਵੀ ਬਾਦਲ ਬਾਅਦ 'ਚ ਲੱਗਿਆ, ਮੇਰੇ ਨਾਲ ਤਾਂ ਜੰਮਦੇ ਲੱਗ ਗਿਆ ਸੀ, ਉਹਨੂੰ ਤਾਂ ਕੋਈ ਨੁਕਸਾਨ ਨਹੀਂ ਹੋਇਆ। ਅਤੇ ਮੇਰੇ ਵਾਰੀ ਆ ਕੇ ਸਾਰਾ ਪੇ ਚੜ ਜਾਂਦੇ ਸੀਗੇ ਕਿ ਤੁਹਾਡੇ ਨਾਲ ਬਾਦਲ ਲੱਗਿਆ, ਇਸ ਕਰਕੇ ਤੁਹਾਨੂੰ ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਸੋ ਇਹ ਤਾਂ ਇਹ ਹੈ, ਮੈਂ ਇੱਕ ਗੱਲ ਸਮਝਦਾ, ਅਕਾਲ ਪੁਰਖ ਨੇ ਦੇਣਾ, ਉਹਨੇ ਜਿਹੜੇ ਟਾਈਮ 'ਤੇ ਦੇਣਾ ਉਸੇ ਟਾਈਮ 'ਤੇ ਦੇਣਾ, ਨਾ ਆਪਣੀ ਔਕਾਤ ਤੋਂ ਜ਼ਿਆਦਾ ਮਿਲਣਾ, ਨਾ ਸਮੇਂ ਤੋਂ ਪਹਿਲਾਂ ਮਿਲਣਾ। ਸੋ ਮੈਂ ਸਮਝਦਾ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਇਹ ਜਿਹੜਾ ਬਾਦਲ ਨਾਲ ਮੇਰੇ ਲੱਗਿਆ ਹੈ ਇਹਦਾ ਮੈਨੂੰ ਬਹੁਤ ਜ਼ਿਆਦਾ, ਮਤਲਬ ਮੈਂ ਭਰਪਾਈ ਕੀਤੀ ਹੈ, ਇਹਦਾ ਨਿੱਘ ਉਨਾ ਨਹੀਂ ਮਾਣਿਆ ਜਿੰਨੀ ਮੈਂ, ਜਿਵੇਂ ਏਕਲਵਿਆ ਨੇ ਦਰੋਣਾਚਾਰਿਆਂ ਲਈ ਅੰਗੂਠਾ ਕੱਟ ਕੇ ਦੇ ਤਾ ਸੀ, ਹਾਲਾਂਕਿ ਉਹਨੇ ਮੂਰਤੀ ਬਣਾ ਕੇ ਸਿੱਖੀ ਸੀ, ਉਹਨੂੰ ਕਿਹੜਾ ਦਰੋਣਾ ਨੇ, ਵੱਡੇ ਬਾਲ ਸਾਹਿਬ ਨੇ ਕਿਹੜਾ ਸਾਨੂੰ ਕੋਈ ਸਿਆਸਤ, ਉਹਨਾਂ ਨੇ ਸੁਖਬੀਰ ਨੂੰ ਹੀ ਸਿਖਾਈ ਹੈ, ਸਾਨੂੰ ਤਾਂ ਕੋਈ ਅੰਦਰ ਵੜ ਕੇ ਕੋਈ ਚੀਜ਼ ਦੱਸੀ ਨਹੀਂ। ਲੇਕਿਨ ਜਦੋਂ ਏਕਲਵਿਆ ਵਾਂਗੂ ਜਦੋਂ ਉਹਨਾਂ ਨੇ ਬਾਣ ਚਲਾਉਣ ਵਾਲਾ ਬਲੀ ਮੰਗ ਲਈ, ਫਿਰ ਅਸੀਂ ਤਾਂ ਫਤਿਹ ਬੁਲਾ ਕੇ ਉਸਤਾ ਆ ਗਏ ਉੱਥੋਂ। ਕੀ ਗੱਲਾਂ ਰਹਿ ਗਈਆਂ ਤੁਹਾਡੇ ਜਿਹੜੇ ਕਜ਼ਨ ਨੇ ਉਹਨਾਂ ਦੇ ਨਾਂ ਪਿੱਛੇ ਬਾਦਲ ਲੱਗਦਾ, ਉਹ ਬਹੁਤ ਕੁਛ ਖੱਟ ਗਏ, ਬੱਬੀ ਬਾਦਲ ਨਹੀਂ ਖੱਟ ਸਕਿਆ? ਮੈਂ ਤਾਂ ਸਮਝਦਾ ਚੰਗਾ ਹੈ, ਨਹੀਂ ਤਾਂ ਸਾਰੀ ਉਮਰ ਉਹਨਾਂ ਨੇ ਇਹੀ ਸੁਣਾਈ ਜਾਣਾ ਸੀ ਵੀ ਆਹ ਕਰਕੇ ਤੈਨੂੰ ਬਾਦਲ ਕਰਕੇ ਆਹ ਮਿਲ ਗਿਆ, ਆਹ ਮਿਲ ਗਿਆ। ਮੈਨੂੰ ਅਕਾਲ ਪੁਰਖ ਨੇ ਆਪਦੇ ਪੈਰਾਂ 'ਤੇ ਖੜ੍ਹਾ ਕਰਨਾ ਸੀ ਅਤੇ ਮੈਂ ਉਹਦਾ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਦਾ। ਕੋਈ ਨਹੀਂ, ਵਾਹਿਗੁਰੂ ਹੁਣ ਆ ਸੰਯੁਕਤ 'ਚ ਆ ਕੇ ਮੈਨੂੰ ਲੱਗਦਾ ਮੈਨੂੰ ਬਹੁਤ ਅੱਛਾ ਲੱਗ ਰਿਹਾ, ਬ੍ਰਹਮਪੁਰਾ ਸਾਹਿਬ, ਢੀਂਸਾ ਸਾਹਿਬ ਔਰ ਪੰਥ ਦੀ ਸੇਵਾ ਕਰਾਂਗੇ ਔਰ ਇਮਾਨਦਾਰੀ ਨਾਲ ਖੱਟਾਂਗੇ ਜੋ ਖੱਟਣਾ। ਕਦੇ ਪਰਿਵਾਰ ਦੁਬਾਰਾ ਹਾਕ ਮਾਰਦਾ, ਪਰਿਵਾਰ 'ਚ ਸੌਰ ਉਸੇ ਗਲੇ ਹੋ ਜਾਂਦੇ ਨੇ ਜੇ ਤੁਹਾਨੂੰ ਦੁਬਾਰਾ ਹਾਕ ਪੈਂਦੇ, ਕਿਉਂਕਿ ਤੁਸੀਂ ਯੂਥ ਦਾ ਇੱਕ ਆਈਕਨ ਸੀਗੇ, ਬਹੁਤ ਪਾਰਟੀ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਪਾਰਟੀ ਨੂੰ ਜਿਤਾਉਣ ਦੇ ਲਈ ਵੀ, ਤਾਂ ਜੇਕਰ ਕਦੇ ਦੁਬਾਰੇ ਪਰਿਵਾਰ ਇਕੱਠਾ ਬੈਠਦਾ ਤੁਹਾਨੂੰ ਮਨਾਇਆ ਜਾਂਦਾ ਤਾਂ ਮੰਨ ਜਾਓਗੇ ਦੁਬਾਰਾ ਵਾਪਸ ਜਾ ਸਕਦੇ ਉੱਧਰ? ਨਹੀਂ, ਮੈਂ ਉਹਨਾਂ ਸਿਆਸਤਦਾਨਾਂ 'ਚੋਂ ਨਹੀਂ ਹੈਗਾ ਜਿਹੜੇ ਕਹਿੰਦੇ ਨੇ ਕਿ ਹਮਕੋ ਯਾਰੋ ਮਾਫ ਕਰਨਾ, ਹਮ ਨਸ਼ੇ ਮੇਂ ਥੇ, ਕਿ ਜੀ ਉਦੋਂ ਲੜਾਈ 'ਚ ਬਹੁਤ ਕੁਛ ਬੋਲਿਆ ਜਾਂਦਾ ਹੈ, ਜੇ ਹੈ ਵੋ ਹੈ। ਮੈਂ ਹੁਣ ਸੁਖਬੀਰ ਨਾਲ ਔਰ ਮਜੀਠੀਏ ਨਾਲ ਮੈਂ ਨਹੀਂ ਚੱਲ ਸਕਦਾ, ਠੀਕ ਹੈ। ਇਹ ਮੈਂ ਹਮੇਸ਼ਾ ਹੀ ਕਹਿੰਦਾ ਇਹ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣ ਅਕਾਲੀ ਦਲ ਦੀ ਤੋਂ, ਥੋੜ੍ਹਾ ਪਾਸੇ ਹੋ ਜਾਣ ਔਰ ਕੋਈ ਆਮ ਸਧਾਰਨ ਪਰਿਵਾਰ ਦਾ ਕੋਈ ਲੀਡਰ ਬਣ ਜੇ ਪ੍ਰਧਾਨ, ਅਸੀਂ ਸਾਰੇ ਵਾਪਸ ਜਾਣ ਨੂੰ ਤਿਆਰ ਹੈ, ਢੀਂਸਾ ਸਾਹਿਬ ਵੀ, ਬ੍ਰਹਮਪੁਰਾ ਸਾਹਿਬ ਵੀ, ਲੇਕਿਨ ਇਹਨਾਂ ਦੀ ਲੀਡਰ ਥੱਲੇ ਅਸੀਂ ਨਹੀਂ ਹੁਣ ਕੰਮ ਕਰ ਸਕਦੇ। ਸਾਰੀਆਂ ਪਾਰਟੀਆਂ ਇਲਜ਼ਾਮ ਲਾਉਂਦੀਆਂ ਨੇ ਕਿ ਇੱਕ ਪਰਿਵਾਰ ਦੀ ਪਾਰਟੀ ਹੈ, ਇੱਕ ਪਰਿਵਾਰ ਦੀ ਪਾਰਟੀ ਹੈ, ਤੁਸੀਂ ਪਾਰਟੀ ਦੇ ਵਿੱਚ ਰਹੇ ਹੋ, ਕਿੰਨੀ ਕੁ ਗੱਲ ਸੱਚ ਹੈ? 100% ਸੱਚ ਹੈ। ਇੱਕ ਮਤਲਬ ਮੈਂ ਤਾਂ ਇੱਥੋਂ ਤੱਕ ਹੈਰਾਨ ਹੈ ਕਿ ਜਿਹੜੇ ਸੀਨੀਅਰ ਕੈਬਨਿਟ ਵਜ਼ੀਰ ਹੁੰਦੇ ਸੀ ਉਹ ਬਾਹਰ ਬੈਠੇ ਹੁੰਦੇ ਸੀ ਕਮਰੇ ਦੇ, ਅਤੇ ਸੁਖਬੀਰ ਬਾਦਲ ਜੀ ਦੇ ਹੋਟਲ ਦੇ ਜਿਹੜੇ ਬਾਥਰੂਮਾਂ 'ਚ ਫਿਟਿੰਗ ਕਰਨ ਵਾਲਾ ਅੰਦਰ ਘੰਟਾ ਘੰਟਾ ਉਹਨਾਂ ਨਾਲ ਮੀਟਿੰਗ ਕਰਦਾ ਸੀ, ਸਿੰਕ ਕਿਹੜਾ ਲਾਉਣਾ ਹੈ, ਫਲੱਸ਼ ਕਿਹੜੇ ਲਾਉਣੇ ਹੈ, ਅਤੇ ਇਦੋਂ ਵੱਧ ਹੋਰ ਕੀ ਪ੍ਰਮਾਣ ਮਿਲ ਸਕਦਾ ਹੈ ਕਿ ਜਦੋਂ ਸੀਨੀਅਰ ਵਜ਼ੀਰ ਤੁਹਾਡੇ ਦੋ ਦੋ ਤਿੰਨ ਤਿੰਨ ਘੰਟੇ ਬਾਹਰ ਬੈਠੇ ਰਹਿਣ ਅਤੇ ਤੁਹਾਡੇ ਵਪਾਰਕ ਜਿਹੜੇ ਤੁਹਾਡੇ ਹੈਗੇ ਆ ਨੌਕਰ ਉਹ ਮਤਲਬ ਅੰਦਰ ਬੈਠੇ ਸਲਾਹਾਂ ਕਰਦੇ ਰਹਿਣ, ਇਹ ਇੱਥੋਂ ਸਾਫ਼ ਪਤਾ ਲੱਗਦਾ ਜਦੋਂ ਹੁਣ ਕਿਤੇ ਜਾ ਕੇ ਆਪਦਾ ਵਜੂਦ ਖੁਦ ਕਾਇਮ ਕਰਨਾ ਹੁੰਦਾ ਹੈ ਫਿਰ ਬੰਦੇ ਨੂੰ ਅਸਲ ਅਕਲ ਆਉਂਦੀ ਹੈ ਕਿ ਕਿਸ ਤਰ੍ਹਾਂ ਨਾਲ ਚੱਲਣਾ, ਹਲੀਮੀ ਨਾਲ ਚੱਲਣਾ, ਲੋਕਾਂ ਨੂੰ ਨਾਲ ਲੈ ਕੇ ਚੱਲਣਾ, ਇਹੀ ਮਤਲਬ ਕਾਮਯਾਬੀ ਦੇ ਗੁਣ ਨੇ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਕਿਵੇਂ ਦੇਖਦੇ ਹੋ? ਤੁਹਾਡਾ ਇੱਧਰ ਆਉਣਾ ਪਰਮਿੰਦਰ ਹੋਣਾ ਨਾਲ ਪਹਿਲਾਂ ਤੋਂ ਪਿਆਰ ਸੀਗਾ ਜਾਂ ਤੁਸੀਂ ਜੁਆਇਨ ਇਹਨਾਂ ਨੂੰ ਹੀ ਕਰਨਾ ਸੀ? ਨਹੀਂ, ਪਰਮਿੰਦਰ ਨਾਲ ਪਿਆਰ ਤਾਂ ਮੇਰਾ, ਅਸੀਂ ਸਕੂਲ 'ਚ ਇਕੱਠੇ ਪੜ੍ਹੇ ਹਾਂ ਦਸ਼ਮੇਸ਼ ਅਕੈਡਮੀ ਅਨੰਦਪੁਰ ਸਾਹਿਬ,
लेकिन मैं सरदार रणजीत सिंह ब्रह्मपुरा नाल टकसाली जदों ज्वाइन किया है तो ब्रह्मपुरा साहब साढ़े घर आए सी तो मेरी माता जी ने मेरा हाथ फड़ के ब्रह्मपुरा साहब के हाथ च देता कि तुसी माझे तो मैं भी माझे तो मैं थोड़ी भैन है तो वीर जी मैं आपके बेटे का हाथ थोड़े हाथ च दिनी है। बहुतिया गल्ला नहीं उन्होंने कीतिया, उन्होंने कहा भी एक पासे सारा परिवार असी छड़ के हुण असी तुहाडे उहदे च है, तुहाडा ये तुसी अज तो ये मामे हो तो तुसी करना सारा कुछ। तो उस तो बाद ब्रह्मपुरा जी ने बड़ी कृपा की है, मैनू बड़ा उत्साह दिता है और असी बहुत अच्छा काम, मैनू तो बहुत अच्छा लग रहा है। चोणां दा माहौल आ जिहड़ा ओह हुणे तो पंजाब दे विच सिरजिया जा चुके आ, बब्बी बादल दा की रोल रहूगा, कि तो चोण लड़ोंगे जां पार्टी दी बैक ते खड़े होंगे, थोड़ा की अहम रोल रहूगा हुण? देखो मैनू मीडिया दा भी काफ़ी अच्छा प्रभाव मैनू हैगा है कि किस तरह नाल मीडिया हैंडल करना है। जे मैं तो चाहना मैं मोहाली तो इलैक्शन लड़ा जी, और मैं काफ़ी देर तो इस मकसद वाल मैं चल रहा है छोटे छोटे कदमां नाल। बाकी ये है कि जे हुण पार्टी कोई हुक्म होर देगी तो फिर देखी जाऊगी, लेकिन मेरे मन की ये आस है कि मैं इन्ने 20 साल हो गए और जिहड़ा बंदे नूं हुंदा ना कि मैं देखा सही कि मेरा भी प्यार जिन्ना मैं करदा संगत नूं भी वह भी मैनू वापस करती है कि नहीं। सो मैनू बहुत वड्डियां उम्मीदां ने ते मैनू अकाल पुरख ते पूर्ण भरोसा है मैनू मौका देवेगा सच्चे। आम आदमी पार्टी दा जेकर बहुमत नहीं मिलता तो पंजाब दे विच कहा जा रहा है कि बहुमत किसी भी पार्टी नहीं मिलना फिलहाल की घड़ी बहुत औखा, तो तुसी की करोगे, पार्टी मर्ज करोगे आम आदमी नाल जिहड़ियां क्या सराइयां लाइया जा रही ने, जो अफवाहां उड़ रही ने, माहौल सिरजिया जा रहा सियासी गलियारियां दे विच, मीडिया दे गलियारियां दे विच कि आम आदमी पार्टी नाल तुहाडा गठजोड़ हो सकदा है जां फिर पार्टी ही मर्ज की जा सकती है उन्हां च? देखो मैं तो इन्ना ही कहना ये तो साढ़े हाई कमांड लई सवाल है, इहदे ते मैं जवाब देन दे काबल नहीं है। लेकिन तुसी की सोचदे हो इस बारे? नहीं मैं तो ये समझदा कि गठबंधन हुंदे ने, पार्टियां दे विच गठबंधन हुंदे ने और गठबंधनां नाल आपां मतलब एक दूजी पार्टी नाल रल मिल के करदे हैं। तो बाकी हुण सीनियर जिहड़े पार्टी आ उहनां ने लैणा है कोई, लेकिन मैं तो ये समझूंगा कि जिहड़ी पंथक होंद है आपां नूं बचा के रखनी चाहीदी है। बहुत बहुत शुक्रिया, मेहरबानी जी, खालसा फतेह जी। इसी के बब्बी बादल हो रही जिन्होंने दस्या कि किस तरह वह एक सियासी परिवार दे हो के सियासत तो हाशी दे तक दिते गए, तो बादल नाम उन्होंने नाम पिछे लगता पर इस नाम का उन्होंने बहुत सारा खामियाजा जिहड़ा भुगतना पाया, बहुत सारी जिहड़ियां भरपाइयां ने उन्होंने करनियां पईयां, उन्होंने अपने मुँहों बयान कीतियां ने। सो बाकी खबरों लई जुड़े रहो बाकी खबरों लई जुड़े रहो प्रवासी टीवी दे नाल, मैं कैमरामैन सोनू जांसला दे नाल सफर चंडीगढ़ तो।